ਮਹਿਲਾਵਾਂ ਕਿਸੇ ਵੀ ਖੇਤਰ ਦੇ ਵਿੱਚ ਮਰਦਾਂ ਨਾਲੋਂ ਪਿੱਛੇ ਨਹੀਂ ਨੇ ਭਾਵੇਂ ਸਿਆਸਤ ਹੋਵੇ ਆਈਟੀ ਦਾ ਖੇਤਰ ਹੋਵੇ ਜਾਂ ਫਿਰ ਸਮਾਜ ਤੇ ਨਵ ਨਿਰਮਾਣ ਦਾ ਮਹਿਲਾਵਾਂ ਦੀ ਦੇਸ਼ ਦੇ ਵਿਕਾਸ ਦੇ ਵਿੱਚ ਵੱਧਦੀ ਪਾਈਵਾਲੀ ਉਹਨਾਂ ਦੇ ਸ਼ਕਤੀਕਰਨ ਨੂੰ ਦਰਸਾਉਂਦੀ ਹੈ। ਇਸੀ ਸلسਲੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਨਕ ਖਾਨਾ ਦੀ ਸਿਰਫ 23 ਵਰਿਆਂ ਦੀ ਉਮਰ ਦੇ ਵਿੱਚ ਸਰਪੰਚ ਬਣੀ ਸੈਸ਼ਨਦੀਪ ਦੀ ਮਿਸਾਲ ਸਾਹਮਣੇ ਹੈ। 2018 ਦੇ ਵਿੱਚ ਸਰਪੰਚ ਬਨਣ ਤੋਂ ਬਾਅਦ ਉਸਨੇ ਪਿੰਡ ਦੇ ਵਿਕਾਸ ਦੇ ਲਈ ਲਗਾਤਾਰ ਕੰਮ ਕੀਤਾ। ਬੀਐਸਸੀ, ਐਗਰੀਕਲਚਰ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਹੁਣ ਆਈਏਐਸ ਦੀ ਤਿਆਰੀ ਵੀ ਕਰ ਰਹੀ ਹੈ। ਉਸਦੀ ਲਗਨ ਅਤੇ ਮਿਹਨਤ ਸਦਕਾ ਪਿੰਡ ਦੇ ਵਿੱਚ ਵਿਦਿਅਕ ਸਹੂਲਤਾਂ, بارش ਦੇ ਪਾਣੀ ਨੂੰ ਮੁੜ ਵਰਤੋ ਦੇ ਵਿੱਚ ਲਿਆ। ਅਤੇ ਸਵੱਛਤਾ ਦੇ ਕੰਮਾਂ ਨੇ ਉਸ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਸਚਨਦੀਪ ਨੇ ਦੱਸਿਆ ਕਿ ਪਿੰਡ ਦੀ ਨੁਹਾਰ ਬਦਲਣ ਦੇ ਲਈ ਉਹ ਹਰ ਸੰਭਵ ਯਤਨ ਕਰੇਗੀ ਦੇ ਲਈ ਹੀ ਜਿਆਦਾ ਜਿਹੜਾ ਮੇਨ ਫੋਕਸ ਰੱਖਿਆ ਹੈਗਾ ਉਹਦੇ ਲਈ ਮੈਂ ਸਕੂਲ ਦੀ ਲਾਇਬ੍ਰੇਰੀ ਹੈ ਜੋ ਪਿੰਡ ਵਿੱਚ ਉਹ ਬਣਾਈ ਹੈ ਐਂਡ ਇਸ ਨੂੰ ਚਲਾਉਣ ਲਈ ਇਸ ਅਸੀਂ ਇੱਕ ਔਰਤਾਂ ਦੀ ਹੀ ਕਮੇਟੀ ਬਣਾਈ ਹੈ ਜੋ ਔਰਤਾਂ ਇਸ ਨੂੰ ਸੰਭਾਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਬੱਚਿਆਂ ਲਈ ਹੈ ਜਿਹੜੇ ਕਲਾਸ ਵਗੈਰਾ ਇੱਥੇ ਲਗਾਏ ਜਾਣਗੇ ਕਿਉਂਕਿ ਅਸੀਂ ਐਲਈਡੀ ਦਾ ਵੀ ਪ੍ਰਬੰਧ ਕਰਨ ਵਾਲੇ ਆ ਉਸ ਤੋਂ ਬਾਅਦ ਪਾਣੀ ਦੀ ਸਾਮ ਸੰਭਾਲ ਦੇ ਲਈ ਅਸੀਂ ਜੋ ਮੀਂਹ ਦਾ ਪਾਣੀ ਹੁੰਦਾ ਉਸ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹੈ ਜਿਹੜੇ ਉਹ ਘਰਾਂ ਵਿੱਚ ਬਣਵਾ ਰਹੇ ਆ ਅਨ ਕੂੜੇ ਦੇ ਪ੍ਰਬੰਧਨ ਦੇ ਲਈ ਹੈਗਾ ਇੱਕ ਪ੍ਰੋਜੈਕਟ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਉਹਦੇ ਲਈ ਅਸੀਂ ਘਰਾਂ ਦੇ ਵਿੱਚੋਂ ਕੂੜਾ ਇਕੱਠਾ ਕਰਦੇ ਹਾਂ ਫਿਰ ਸ਼ੈੱਡ ਦੇ ਵਿੱਚ ਉਸ ਨੂੰ ਉਸੇ ਤਰ੍ਹਾਂ ਹੀ ਜਿਹੜਾ ਪਾਇਆ ਜਾਂਦਾ ਰੱਖਿਆ ਜਾਂਦਾ ਹੈ ਤੇ ਉਸ ਦੇ ਵਿੱਚ ਆਰਗੇਨਿਕ ਹੈ ਜੋ ਖਾਦ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੇਚੀ ਜਾਵੇਗੀ ਵੂਮਨ ਡੇ ਤੇ ਮੈਂ ਔਰਤਾਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਦਿਨ ਦੀ ਵਧਾਈ ਦੇਣਾ ਚਾਹਾਂਗੀ ਐਂਡ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਜੇਕਰ ਅੱਜਕੱਲ ਹਰ ਇੱਕ ਪੱਧਰ ਦੇ ਵਿੱਚ ਹਰ ਇੱਕ ਫੀਲਡ ਦੇ ਵਿੱਚ ਔਰਤਾਂ ਬਹੁਤ ਅੱਗੇ ਆ ਕੇ ਕੰਮ ਕਰ ਰਹੀਆਂ ਨੇ ਤਾਂ ਤੁਸੀਂ ਵੀ ਜਿਹੜੇ ਵੀ ਫੀਲਡ ਦੇ ਵਿੱਚੋਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ ਅਤੇ ਆਪਣੇ ਜੋ ਵੀ ਫੀਲਡ ਦੇ ਵਿੱਚੋਂ ਉਸ ਦੇ ਵਿੱਚ ਵਧੀਆ ਕੰਮ ਕਰੋ ਐਂਡ ਮੈਂ ਸਪੈਸ਼ਲੀ ਊਮਨ ਸਰਪੰਚਸ ਨੂੰ ਵੀ ਕਹਿਣਾ ਚਾਹੂੰਗੀ ਜੋ ਕਿ ਉਹਨਾਂ ਨੂੰ ਹੁਣ ਇੱਕ ਆਪਰਚੂਨਿਟੀ ਮਿਲੀ ਹੈ ਤਾਂ ਖੁਦ ਆ ਕੇ ਅੱਗੇ ਆ ਕੇ ਕੰਮ ਕਰਨ